ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਕਰਦੇ ਆ ਆਪਣੇ YouTube ਚੈਨਲ ਦੇ ਉੱਪਰ ਅੱਜ ਦੋਸਤੋ ਵੀਡੀਓ ਲੈ ਕੇ ਆਏ ਹਾਂ ਜੀ ਪਹਿਲੇ ਆਪਣੇ ਸਟਾਈਲ ਦੀ ਜਿੱਦੋਂ ਤੋਂ ਆਪਾਂ ਸ਼ੁਰੂਆਤ ਕੀਤੀ ਸੀ ਪੋਚਮੀ ਮੋਰਨੀ ਪੱਗ ਦੀ ਸੋ ਜਿਹੜੇ ਵੀਰਾਂ ਨੂੰ ਨਹੀਂ ਪਤਾ ਦੱਸਦਾ ਜੀ ਇਹ ਪੋਚਮੀ ਪੱਗ ਇਹਨੂੰ ਮੋਰਨੀ ਵੀ ਕਹਿੰਦੇ ਆ ਤੇ ਪੋਚਮੀ ਵੀ ਕਹਿੰਦੇ ਆ ਬਹੁਤੇ ਸਿੱਧੀ ਪੱਗ ਵੀ ਕਹਿੰਦੇ ਆ ਕੋ ਪਟਿਆਲਾ ਸ਼ਾਈ ਟੇਢੀ ਹੁੰਦੀ ਇੱਕ ਸਾਈਡੋਂ ਥੱਲੇ ਹੋਣਾ ਆਉਂਦੀ ਦੂਜੀ ਸਾਈਡੋਂ ਉੱਪਰ ਇਹ ਬਰਾਬਰ ਹੁੰਦੇ ਦੋਨੇ ਪਾਸੇ ਇਹਦੀ ਵੀਡੀਓ ਲੈ ਕੇ ਆਏ ਆ ਇਹ ਹੁਣ ਤੋਂ ਹੁਣ ਤੱਕ ਸ਼ੁਰੂ ਤੋਂ ਸਿੱਖੀ ਵੀ ਇਹੀ ਸੀ ਮੈਂ ਕੰਪੀਟੀਸ਼ਨਾਂ 'ਚ ਵੀ ਇਹੀ ਭੱਗ ਮੰਦਾ ਰਿਹਾ ਸੋ ਅੱਜ ਕਾਫੀ ਸਮੇਂ ਬਾਅਦ ਆਪਾਂ ਬੰਨਣ ਲੱਗਿਆ ਸੋ ਬਾਕੀ ਤੁਸੀਂ ਮੇਰੀ ਵੀਡੀਓ ਵਿੱਚ ਬੇਸ ਦੇਖਿਆ ਹੋਊਗਾ ਬਾਕੀ ਜਿਹੜੇ ਸਟਾਈਲ ਨੇ ਜਿਵੇਂ ਬਲਾਂ ਵਾਲੀ ਬੰਨਦੇ ਆ ਇੱਕ ਦੇ ਦੋ ਲੜ ਬਣਾਉਨੇ ਆ ਜਾਂ ਹੋਰ ਸ਼ੇਪ ਦਿੰਨੇ ਆ ਕੋਈ ਉਹਦੇ ਵਿੱਚ ਮੇਰਾ ਬੇਸ ਜਿਹੜਾ ਹੁੰਦਾ ਕਦੇ ਕੇਸਕੀ ਵਾਲਾ ਹੁੰਦਾ ਕੋਈ ਕੱਪੜਾ ਬੰਨਿਆ ਹੁੰਦਾ ਬਟ ਜਿਹੜੀਆਂ ਮੋਰਨਿੰਗ ਵਾਲੀਆਂ ਵੀਡੀਓ ਹੋਣੀਆਂ ਆ ਉਹਦੇ ਵਿੱਚ ਜਿਹੜਾ بیس ਆ ਉਹ ਪਟਕੇ ਵਾਲਾ ਹੋਊਗਾ ਪਟਕੇ ਵਾਲਾ ਕਾਹਤੋਂ ਕਿਉਂ ਦੂਜੀਆਂ ਸ਼ੇਪਾਂ ਦੇ ਵਿੱਚ ਆਪਾਂ ਇੱਕ ਸਾਈਡ ਫੁੱਲ ਮੀ ਰੱਖਣੀ ਆ ਇੱਕ ਸਾਈਡ ਬਾਹਰ ਕੱਢਣੀ ਆ ਸ਼ੇਪ ਇਹਦੇ ਵਿੱਚ ਕੀ ਆ ਆਪਾਂ ਇਹ ਦੋਨਾਂ ਪਾਸਿਓਂ ਬਰਾਬਰ ਰੱਖਣੀ ਆ ਤਾਂ ਕਰਕੇ ਆਪਾਂ ਕੋਈ ਐਕਸਟਰਾ ਕੱਪੜਾ ਨਾ ਤਾਂ ਪਾਉਣਾ ਨਾ ਉਸ ਤਰੀਕੇ ਨਾਲ ਬੰਨਣਾ ਕਿ ਆਪਣੀ ਸ਼ੇਪ ਜਿਹੜੀ ਖਰਾਬ ਹੋਵੇ ਓਵਰ ਆਲ ਜੇ ਦੇਖਿਆ ਜਾਵੇ ਸਾਰੀਆਂ ਪੱਗਾਂ ਨਾਲੋਂ ਔਖੀ ਇਹੀ ਸ਼ੇਪ ਆ ਔਖੀ ਗਹਿਣ ਤੋਂ ਬਾਅਦ ਵੀ ਇਹਦੀ ਸ਼ੇਪ ਮੇਨਟੇਨ ਕਰਨੀ ਬਹੁਤ ਔਖੀ ਆ ਅਗਰ ਸ਼ੁਰੂ ਤੋਂ ਆਪਾਂ ਮੋਰ ਨਹੀਂ ਬੰਦਦੇ ਆ ਫਿਰ ਕੋਈ ਚੱਕਰ ਨਹੀਂ ਅੱਡ ਜਾਂ ਸਮੇਂ-ਸਮੇਂ 'ਤੇ ਸਟਾਈਲ ਆਪਾਂ ਚੇਂਜ ਕਰਦੇ ਰਹਿੰਨੇ ਆ ਜਿਵੇਂ ਇੱਕ ਦਿਨ ਪਟਿਆਲਾ ਸ਼ਹੀ ਬੰਦਦੇ ਆ ਬਲ ਵਾਲੀ ਬੰਦਦੇ ਆ ਫਿਰ ਮੋਰਨੀ ਸ਼ੇਪ ਤੋਂ ਜਿਹੜਾ ਹੱਥ ਹਿੱਲ ਜਾਂਦਾ ਚਾਹੇ ਕੋਈ ਵੀ ਆ ਮੇਰਾ ਵੀ ਬਹੁਤ ਹੱਥ ਜਿਹੜਾ ਚੇਂਜ ਹੋਇਆ ਪਹਿਲਾਂ ਨਾਲੋਂ ਸੋ ਇਹ ਸੀਗਾ ਜਿਹੜਾ ਬੇਸ ਦਾ ਕਨਸੈਪਟ ਹੈ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ ਕਿ ਕੋਈ ਆਪਾਂ ਦੂਏ ਲੋਟ ਕੋਈ ਮੜਾ ਸਾਟ ਹੈ ਜਾਂ ਕੋਈ ਫਲਾਵਟਲੀ ਜਿੱਦਾਂ ਬੰਦਦੇ ਆ ਉਵੇਂ ਕੁਝ ਨਹੀਂ ਬਣਾਣਾ ਬਿਲਕੁਲ ਜਿਹੜਾ ਪੂਰਾ ਪੂਰਾ ਕੱਪੜਾ ਹੋਵੇ ਛੋਟਾ ਪਟਕਾ ਉਹ ਆਪਾਂ ਬਨਨੇ ਆ ਉਹਦੇ ਉੱਪਰ ਆਪਾਂ 50 ਬਨ ਲੈਣੀ ਆ 50 ਤੁਸੀਂ ਕੋਈ ਵੀ ਵੈਸੇ ਤਾਂ ਮੈਂ ਨੇਵੀ ਬਲੂ ਲਾਉਣੀ ਸੀਗੀ ਕਿਉਂ ਥੱਲੇ ਜਿਹੜੀ ਮੇਰੀ ਸਵੈਰਡ ਪਾਈ ਆ ਨੇਵੀ ਬਲੂ ਕਲਰ ਦੀ ਆ ਪਰ ਟੋ ਕੀ ਸੀਗੀ 50 ਲੱਭੀ ਨਹੀਂ ਤੇ ਮੈਂ ਇਹ ਵਾਲੀ ਲਾ ਲਈ ਪੱਗ ਹੈਗੀ ਆ ਫੁੱਲ ਵੈਲ ਦੀ 7.5 ਮੀਟਰ ਕੱਪੜਾ ਪੂਣੀ ਸਿੰਪਲ ਆ ਪੂਣੀ ਦੀ ਵੀਡੀਓ ਚੈਨਲ ਤੇ ਪਾਈ ਹੋਈ ਆ ਪਹਿਲਾ ਲੜ ਦੇਖੋ ਜਦੋਂ ਸੈਂਟਰ ਚ ਲੜ ਰੱਖ ਲਿਆ ਉਹਨੂੰ ਅੱਗੇ ਵੱਲ ਨੂੰ ਖਿੱਚਣਾ ਖਿੱਚ ਕੇ ਉਹਨੂੰ ਅੰਦਰ ਨੂੰ ਫੋਲਡ ਕਰ ਦੇਣਾ ਫੋਲਡ ਕਰਨ ਦੇ ਨਾਲ ਕੀ ਹੋਊਗਾ ਜਿਹੜਾ ਉੱਪਰੋਂ ਖਿੱਚਾਂਗੇ ਲੜ ਜਾ ਉਹ ਫੋਲਡ ਹੋਊਗਾ ਡਬਲ ਹੋ ਜਾਊਗਾ ਡਬਲ ਹੋਣ ਨਾਲ ਮੋਟਾ ਹੋ ਜੂ ਤੇ ਅੱਖ ਤੋਂ ਆਪਣਾ ਖਿਸਕੂਗਾ ਨਹੀਂ ਆਈ ਬ੍ਰੋ ਪੂਰੀ ਕਵਰ ਕਰਨੀ ਆ ਉਸ ਤੋਂ ਬਾਅਦ ਗੱਲ ਨਹੀਂ ਪੂਰੀ ਟਕਣੀ ਹੈਗੀ ਅੱਧੀ ਅੱਖ ਅੱਧੀ ਗੱਲ ਆਈ ਬ੍ਰੋ ਪੂਰੀ ਕਵਰ ਕਰਨੀ ਆ ਫਿਰ ਜਿਹੜਾ ਆਪਾਂ ਥੱਲੇ ਵਾਲੇ ਪਟਕੇ ਦਾ ਲੜ ਲਾਇਆ ਸੀ ਇਹ ਉਹਦੇ ਬਿਲਕੁਲ ਬਰਾਬਰ ਨੂੰ ਲਾ ਦੇਣਾ ਜਿਵੇਂ ਪਟਿਆਲਾ ਸ਼ਾਹੀ ਦੇ ਬਿਲਕੁਲ ਸਿਰੇ ਲੈ ਆਏ ਨੇ ਉੱਪਰ ਤਾਂ ਹਾਂ ਤੋਂ ਨਹੀਂ ਲਾਉਣਾ ਇਹ ਬਸ ਸਿਰ ਦੇ ਬਰਾਬਰ ਨੂੰ ਲਿਆ ਕੇ ਸੈਂਟਰ 'ਚੋਂ ਮੋੜ ਕੇ ਬਿਲਕੁਲ ਪਤਲਾ ਪਾਸਾ ਪੁਣੀ ਦਾ ਥੱਲੇ ਖਿੱਚ ਲੈਣਾ ਉਸ ਤੋਂ ਬਾਅਦ ਬੈਕ ਸਾਈਡ ਤੋਂ ਫੋਲਡ ਕਰਕੇ ਅਗਲਾ ਲੜ ਪਹਿਲੇ ਲੜ ਦੇ ਬਿਲਕੁਲ ਉੱਪਰ ਰੱਖਾਂਗੇ ਇਹਦਾ ਕੋਈ ਵੀ ਜਿਹੜਾ ਲੜਾ ਉਹ ਵਾਲਾ ਜਿਹੜਾ ਥੱਲੇ ਨਹੀਂ ਆਊਗਾ ਸਾਰੇ ਲੜ ਇੱਕ ਜਗ੍ਹਾ ਤੇ ਰਹਿਣਗੇ ਉੱਪਰਲੇ ਪਾਸੇ ਸਾਰੇ ਲੜ ਬਰਾਬਰ ਆਉਣਗੇ ਤੇ ਜਿਵੇਂ ਜਿਵੇਂ ਲੜ ਅੱਗੇ ਵਧੀ ਜਾਣਾ ਤੇ ਅੱਖ ਵਾਲੇ ਪਾਸੇ ਨੂੰ ਲੜ ਆਪਾਂ ਖੋਲੀ ਜਾਵਾਂਗੇ ਜਿਵੇਂ ਪਹਿਲਾ ਲੜ ਆਪਾਂ ਘੱਟ ਖੋਲਿਆ ਦੂਸਰਾ ਲੜ ਆਪਾਂ ਜ਼ਿਆਦਾ ਖੋਲ ਲਿਆ ਅੱਗੋਂ ਹੁਣ ਇਹ ਵਾਲਾ ਲੜ ਜ਼ਿਆਦਾ ਖੋਲ ਲਿਆ ਉਸ ਤੋਂ ਇਹਦੀ ਸ਼ੇਪ ਜਿਹੜੀ ਆ ਦੋਨਾਂ ਸਾਡੇ ਇੱਕੋ ਜਿਹੇ ਕਰਨ ਦੇ ਲਈ ਦੇਖੋ ਜਿਵੇਂ ਹੁਣ ਤੀਆ ਲੜ ਮੈਂ ਪੂਰਾ ਖੋਲ ਲਿਆ ਤੀਸਰਾ ਲੜ ਪੂਰਾ ਖੋਲ ਕੇ ਉੱਪਰਲੇ ਪਾਸੇ ਮੋੜਤਾ ਤੇ ਹੁਣ ਜਿਹੜਾ ਚੌਥਾ ਪੰਜਵਾਂ ਛੇਵਾਂ ਹੋਊਗਾ ਉਹ ਖੱਬੇ ਪਾਸੇ ਇਹਦੇ ਬਰਾਬਰ ਹੀ ਜਿਹੜੇ ਮੈਂ ਉੱਪਰੋਂ ਮੋੜੂੰਗਾ ਉਹਦੇ ਨਾਲ ਕੀ ਹੋਊਗਾ ਇਸ ਪਾਸੇੋਂ ਸ਼ੇਪ ਮੇਰੀ ਉੱਪਰ ਨੂੰ ਨਹੀਂ ਜਾਊਗੀ ਤੇ ਦੋਨਾਂ ਸਾਈਡਾਂ ਤੋਂ ਮੇਰੀ ਸ਼ੇਪ ਬਰਾਬਰ ਹੋਊਗਾ ਅਗਲਾ ਲੜ ਉੱਪਰੋਂ ਚੰਗੀ ਤਰ੍ਹਾਂ ਮੋੜ ਲੈਣਾ ਇੱਕ ਵਾਰ ਅੰਗੂਠੇ ਨਾਲ ਮੋੜ ਕੇ ਲੜ ਰੱਖ ਲੈਣਾ ਫਿਰ ਉਹਨੂੰ ਖਿੱਚ ਕੇ ਬਲ ਕੱਢ ਕੇ ਉੱਪਰੋਂ ਉਂਗਲਾਂ ਨਾਲ ਲੜ ਮੋੜ ਲੈਣਾ ਸਾਰੇ ਲੜਾਂ ਦੇ ਨਾਲ-ਨਾਲ ਹੱਥ ਮਾਰਨਾ ਇੱਕ ਵਾਰ ਵੀ ਗੈਪ ਨਾ ਘਟਵਾ ਦੇ ਹੋਵੇ ਉੱਪਰ ਥੱਲੇ ਨਾ ਹੋਵੇ ਫਿਰ ਉਂਗਲੀ ਦਾ ਅੰਗੂਠਾ ਨਾ ਇੱਕ ਜਾਂ ਦੋ ਵਾਰ ਇੱਕ ਜਾਂ ਦੋ ਵਾਰ ਕਹਿਣ ਦਾ ਭਾਵ ਅਗਰ ਤਾਂ ਇੱਕ ਵਾਰ ਮੋੜ ਕੇ ਲੜ ਸੈੱਟ ਹੁੰਦਾ ਠੀਕ ਆ ਨਹੀਂ ਜੇ ਦੂਸਰੀ ਵਾਰ ਮੋੜਨਾ ਪਹਿਲਾਂ ਨਾਲੋਂ ਉਹ ਜਿਹਾ ਪ੍ਰੈਸ਼ਰ ਘਟ ਦੇਣਾ ਥੋੜਾ ਹਲਕਾ ਮੋੜਨਾ ਜੇ ਦੂਨੀ ਵਾਰ ਉਨਿਓ ਜੋਰਾਂ ਨਾਲ ਮੋੜਾਂਗੇ ਨੋਕ ਜ਼ਿਆਦਾ ਪਤਲੀ ਹੋ ਜਾਣੀ ਆ ਤੇ ਅੱਗੇ ਨੂੰ ਆ ਜਾਣੀ ਆ ਸੋ ਜ਼ਿਆਦਾ ਤਿੱਖੀਆਂ ਦਾ ਟ੍ਰੈਂਡ ਗਿਆ ਠੀਕ ਹੈ ਜੀ ਤੇ ਜ਼ਿਆਦਾ ਬਰੀਕ ਨੋਕ ਵੀ ਸੋਹਣੀ ਨਹੀਂ ਲੱਗਦੀ ਕਿਉਂ ਜਿੱਦਾਂ ਹੁਣ ਮੈਂ ਪਹਿਲਾਂ ਬੰਨਦਾ ਸੀ ਉਦਾਂ ਦੀ ਸ਼ੇਪ ਰੱਖਣ ਕੋਸ਼ਿਸ਼ ਕਰੂੰ ਕਿਉਂਕਿ ਜੇ ਜਿਆਦਾ ਬਰੀਕ ਕਰੂੰਗਾ ਹੋ ਸਕਦਾ ਥੋੜੇ ਵੀ ਜਿਹੜੇ ਪਹਿਲਾਂ ਤੋਂ ਜਿਨ੍ਹਾਂ ਨੇ ਪੁਰਾਣੀ ਸ਼ੇਪ ਦੇਖਿਆ ਕਮੈਂਟ ਕਰਨ ਵੀ ਹਾਂ ਸ਼ੇਪ ਚੇਂਜ ਹੋ ਗਈ ਜਾਂ ਇਹ ਨਹੀਂ ਉਹ ਸਹੀ ਸੀ ਇਹ ਨਹੀਂ ਸਹੀ ਹੈ ਨਾ ਸੋ ਮੈਂ ਕੋਸ਼ਿਸ਼ ਕੀਤੀ ਆ ਇਹਦੇ ਵਿੱਚ ਕਨਸੈਪਟ ਕੁਛ ਨਹੀਂ ਬਸ ਦੋਨਾਂ ਸਾਈਡਾਂ ਨੂੰ ਤੁਸੀਂ ਲੜ ਜਿਹੜੇ ਬਰਾਬਰ ਰੱਖਣੇ ਆ ਬਸ ਹੱਥਾਂ ਦੀ ਮੇਨ ਪੋਜੀਸ਼ਨ ਕਿੱਥੋਂ ਕਿਵੇਂ ਕਿਵੇਂ ਉਂਗਲਾਂ ਨਾਲ ਲੜ ਮੋੜਨਾ ਇੱਕ ਵਾਰ ਜਦੋਂ ਮੋੜਨਾ ਉਹ ਵੀ ਸੇਮ ਆ ਸਾਰੇ ਲੜਾਂ 'ਚ ਇੱਕ ਵਾਰ ਅੰਗੂਠੇ ਨਾਲ ਮੋੜ ਕੇ ਲੜ ਉੱਪਰ ਧਰ ਦੇਣਾ ਜਦੋਂ ਉੱਪਰ ਲੜ ਰੱਖਿਆ ਗਿਆ ਅੰਗੂਠੇ ਨਾਲ ਮੋੜ ਕੇ ਫਿਰ ਉਹਨੂੰ ਖਿੱਚ ਲੈਣਾ ਖਿੱਚ ਕੇ ਪੂਰੇ ਜਿੱਥੇ ਤੱਕ ਆਪਣਾ ਪੂਣੀ ਵਾਲਾ ਲੜ ਪੂਰਾ ਫੜਿਆ ਹੁੰਦਾ ਸਾਰੇ ਜਿਹਾ ਖਿੱਚਦੇ ਬਲ ਨਿਕਲ ਜਾਂਦੇ ਨੇ ਫਿਰ ਦੂਰੀ ਵਾਰ ਆਪਾਂ ਮੋੜ ਦੇਣਾ ਹੁਣ ਜਿਵੇਂ ਪਹਿਲਾਂ ਦੱਸਿਆ ਸੀ ਵੀ ਤੀਜੇ ਲੜ ਦੇ ਉੱਪਰ ਸਾਰੇ ਲੜ ਮੋੜ ਦੇਣੇ ਆ ਖੱਬੇ ਪਾਸਿਓਂ ਹੁਣ ਦੇਖੋ ਆਹ ਚੌਥਾ ਲੜ ਥੱਲੋਂ ਗਿਆ ਪੂਰਾ ਕਰਕੇ ਮੈਂ ਉੱਪਰ ਜਿੰਨਾ ਲੜ ਸੀਗਾ ਉੱਪਰੋਂ ਮੋੜਤਾ ਤੇ ਸ਼ੇਪ ਮੇਰੀ ਤਾਂ ਆ ਨਹੀਂ ਗਈ ਬਹੁਤ ਵੀ ਇਹ ਕਹਿੰਦੇ ਆ ਕਿ ਮੋਰਨੀ ਪਾ ਕੇ ਇੱਕ ਸਾਡ ਉੱਚੀ ਚਲੀ ਜਾਂਦੀ ਆ ਉੱਚੀ ਆਪਾਂ ਜਾਣੀ ਦੇਣੀ ਤੀਸਰੇ ਲੜ ਨੂੰ ਖੋਲ ਕੇ ਉੱਪਰੋਂ ਮੋੜਤਾ ਥੱਲੇੋਂ ਜਿੰਨੇ ਲੜ ਲਾਉਣੇ ਆ ਉਹ ਚੌਥਾ ਪੰਜਵਾਂ ਛੇਵਾਂ ਥੱਲੇੋਂ ਇੱਕ ਵਾਰ ਲੜਾਂ ਦਾ ਗੈਪ ਇੱਕੋ ਜਿਹਾ ਰੱਖ ਕੇ ਉੱਪਰੋਂ ਸਾਰਾ ਲੜ ਮੋੜ ਦੇਣਾ ਇਹ ਲੜ ਫੇਰ ਉਸੇ ਤਰੀਕੇ ਨਾਲ ਲੜ ਅਖ ਤੱਕ ਪੂਰਾ ਖੋਲ ਲੈਣਾ ਤੇ ਇਸ ਸਾਈਡਾਂ ਤੋਂ ਸਾਰੀ ਲੜ ਬਰਾਬਰ ਤੇ ਇੱਕ ਵਾਰ ਜਦੋਂ ਖਿੱਚ ਲਿਆ ਫਿਰ ਉਸ ਤੋਂ ਬਾਅਦ ਚ ਉਹਦੇ ਵਾਲ ਕੱਢ ਕੇ ਦੂਸਰੀ ਵਾਰ ਦੁਬਾਰਾ ਬੁਕਾਣਾ ਸੋ ਇੱਥੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦਾਂ ਜਦੋਂ ਆਪਾਂ ਇੰਨੀ ਪੱਗ ਕੰਪਲੀਟ ਕਰ ਲੰਨੇ ਆ ਆਪਾਂ ਕੀ ਕਰਦੇ ਆ ਮੋਰਨੀ ਪੱਗ ਬੰਨਣ ਵੇਲੇ ਸਿੰਪਲ ਬਾਅ ਜੇ ਫੇਰ ਕੇ ਲਾਸਟ ਲੜ ਲਾਉਣ ਲੱਗ ਜਾਂਦੇ ਆ ਸੋ ਆਪਾਂ ਉਹ ਉਹ ਚੀਜ਼ ਨਹੀਂ ਕਰਨੀ ਪਹਿਲਾਂ ਆਪਣੀ ਸ਼ੇਪ ਦੀ ਸੈਟਿੰਗ ਕਰਨੀ ਆ ਸ਼ੇਪ ਦੀ ਸੈਟਿੰਗ ਤੋਂ ਕਹਿਣ ਤੋਂ ਭਾਵ ਦੇਖੋ ਹੁਣ ਤੁਹਾਨੂੰ ਮੈਂ ਨਾਲ-ਨਾਲ ਕਰੀ ਜਾਊ ਸੈਟਿੰਗ ਨਾਲ ਐਕਸਪਲੇਨ ਕਰੂੰਗਾ ਪਹਿਲਾਂ ਇਹ ਵਾਲਾ ਲੜ ਮੈਂ ਇੱਕੋ ਜਿਹਾ ਕਰ ਲਾ ਦੋਨੋਂ ਬਸ ਆਈ ਬਰੋ ਤੋਂ ਹੁਣ ਮੈਂ ਕੀ ਕੀਤਾ ਸਭ ਤੋਂ ਸਿਰੇ ਵਾਲਾ ਲੜ ਮੋੜਿਆ ਉੱਪਰੋਂ ਫਿਰ ਉਹਦੇ ਬਾਅਦ ਵਾਲਾ ਲੜ ਮੋੜਿਆ ਪਿੱਛੋਂ ਫਿਰ ਤੀਸਰਾ ਲੜ ਉੱਪਰੋਂ ਮੋੜਿਆ ਫਿਰ ਚੌਥਾ ਮੋੜਿਆ ਫਿਰ ਪੰਜਵਾਂ ਮੋੜਿਆ ਸੋ ਇਹਦਾ ਹੁਣ ਤੁਸੀਂ ਦੇਖੋ ਇੱਕ ਤਾਂ ਉਹਨਾਂ ਦਾ ਗੈਪ ਇੱਕੋ ਜਿਹਾ ਹੋ ਗਿਆ ਠੀਕ ਹੈ ਜੀ ਦੂਸਰੀ ਸਾਈਡ ਤੋਂ ਇਹ ਸਾਈਡੋਂ ਮੇਰੀ ਸ਼ੇਪ ਪੂਰੀ ਗੋਲ ਹੋ ਜਾਣੀ ਹੈ ਇਹ ਵਾਲੇ ਪਾਸਿਓਂ ਛੇਵਾਂ ਲੜ ਉੱਪਰੋਂ ਮੋੜਿਆ ਮੈਂ ਹਲਕਾ ਹਲਕਾ ਮੋੜਨਾ ਉਸ ਤੋਂ ਬਾਅਦ ਦੇ ਵਿੱਚੋਂ ਮੈਂ ਪੰਜਵਾਂ ਲੜ ਮੋੜੂਗਾ ਪੰਜਵਾਂ ਲੜ ਦੇਖੋ ਮੋੜ ਲਿਆ ਨਾਲੇ ਦੇਖੋ ਉਹਨਾਂ ਦੇ ਵਿੱਚ ਸਫਾਈ ਆਈ ਜਾਂਦੀ ਆ ਉਸ ਤੋਂ ਬਾਅਦ ਚੌਥਾ ਤੇ ਬਿਲਕੁਲ ਲਾਸਟ ਤੇ ਤੀਜਾ ਇੱਕ ਸਾਈਡ ਪੰਜ ਲੜ ਬਣਨਗੇ ਉੱਪਰ ਇੱਕ ਸਾਈਡ ਚਾਰ ਇੱਕ ਗੱਲ ਹੋਰ ਦੱਸਦਾ ਜਦੋਂ ਇਹਨਾਂ ਨੂੰ ਤੁਸੀਂ ਦੱਬਣਾ ਅ ਡਰਨਾ ਨਹੀਂ ਹੈਗਾ ਕਿ ਆਪਣੀ ਸ਼ੇਪ ਖਰਾਬ ਹੋ ਜੂਗੀ ਕੁਝ ਨਹੀਂ ਹੁੰਦਾ ਹੁਣ ਸਾਹਮਣੇ ਹੀ ਆ ਦੇਖੋ ਉਸ ਤੋਂ ਬਾਅਦ ਚ ਥੋੜੇ ਥੋੜੇ ਮੈਂ ਪੇਚ ਵੀ ਖਿੱਚੇ ਨੇ ਇਹ ਮੈਂ ਤਾਂ ਖਿੱਚਿਆ ਮੇਰੇ ਖਿਸਕ ਗਏ ਸੀਗੇ ਲੜ ਪਾਣੀ ਮੈਂ ਕਿਉਂ ਹੁਣ ਮੋਰਨੀ ਪੱਗ ਕਾਫੀ ਸਮੇਂ ਬਾਅਦ ਬੰਨੀ ਆ ਬਲਾਂ ਵਾਲੀ ਜਿੱਤਾ ਬਹੁਤ ਘੱਟ ਪਾਣੀ ਲਾਈਦਾ ਉਸ ਕੋਰਟਿੰਗ ਵੀ ਮੈਂ ਪਾਣੀ ਲਾਇਆ ਸੀਗਾ ਮੈਨੂੰ ਆਇ ਸੀ ਵੀ ਫੁੱਲ ਬੈਲ ਦੀ ਜਿਹੜੀ ਪੱਗ ਆ ਜਿਆਦਾ ਛੋਟੀ ਨਾ ਬਣ ਜੇ ਇਸ ਕਰਕੇ ਮੈਂ ਪਾਣੀ ਜਿਆਦਾ ਨਹੀਂ ਸੀ ਲਾਇਆ ਸੁੱਕੀ ਸੀਗੀ ਪੱਗ ਲਗ-ਪਗ ਪਹਿਲਾਂ ਪੇਚਾਂ 'ਚ ਜਦੋਂ ਉੱਪਰਲੇ ਲੜ ਇੱਕੋ ਜੇ ਕਰ ਲੇ ਫਿਰ ਆਪਣੇ ਪੇਚਾਂ 'ਚ ਸਫਾਈ ਕਰਾਂਗੇ ਸਫਾਈ ਬਾਜ ਗਲਾਈ ਚ ਫੇਰਨਾ ਫਰੰਟ ਤੋਂ ਬੈਕ ਬੈਕ ਤੋਂ ਫਰੰਟ ਥੋੜਾ ਥੋੜਾ ਲੜ ਇਕੱਠਾ ਕਰਨਾ ਜਿਵੇਂ ਆਪਾਂ ਸਿੱਧਾ ਹੀ ਬਾਜ ਫੇਰ ਦੰਨੇ ਆ ਉਹਦੇ ਨਾਲ ਸਫਾਈ ਘੱਟ ਆਉਂਦੀ ਆ ਜਦੋਂ ਥੱਲੋਂ ਨੁੱਕਰ ਤੋਂ ਥੋੜਾ ਥੋੜਾ ਲੜ ਬਾਜ ਨਾਲ ਅੰਦਰ ਨੂੰ ਮੁੜੀ ਜਾਂਦੇ ਆ ਫਿਰ ਉਹਦੀ ਸਫਾਈ ਆ ਜਿਹੜੀ ਉਹ ਵਧੇ ਜਾਂਦੀ ਆ ਜਿਵੇਂ ਹੁਣ ਤੁਹਾਡੇ ਸਾਹਮਣੇ ਹੀ ਆ ਥੋੜਾ ਥੋੜਾ ਲੜ ਅੰਦਰ ਨੂੰ ਮੁੜਿਆ ਵਾਲੇ ਮੋٹے ਹੋਗੇ ਤੇ ਉਸ ਤੋਂ ਬਾਅਦ ਅਗਲੇ ਲੜ ਚੋਵੀ ਚੱਲੋ ਲੜ ਮੁੜੀ ਆਵਾਂਗੇ ਨਾਲੇ ਗੈਪ ਇੱਕੋ ਜਿਹਾ ਕਰੀ ਜਾਵਾਂਗੇ ਥੱਲੇ ਵਾਲੇ ਲੜ ਵੀ ਜੇ ਤੁਸੀਂ ਮੋٹے ਰੱਖੋ ਮੋਰ ਨਹੀਂ ਪੱਗ ਜੋ ਫਾਇਦਾ ਕਿਉਂ ਇੱਥੇ ਤੀਸਰਾ ਤੇ ਚੌਥਾ ਲੜੇ ਦਾ ਮੋਟਾ ਹੀ ਪੇਚ ਬਣਦਾ ਤੇ ਕਈ ਵਾਰ ਕੀ ਬਹੁਤ ਵੀਰ ਕਹਿੰਦਾ ਕਿ ਪਹਿਲੇ ਲੋ ਲੜ ਪਤਲੇ ਰਹ ਜਾਂਦੇ ਉੱਥੇ ਪੂਣੀ ਦਾ ਕੱਪੜਾ ਵੀ ਪਤਲਾ ਹੁੰਦਾ ਚਾਹੇ ਤੁਸੀਂ ਉਹਨੂੰ ਨਾਲ ਦੀ ਨਾਲ ਬਾਜ ਫੇਰ ਕੇ ਉਹ ਜਿਹੜਾ ਸੈੱਟ ਕਰ ਸਕਦੇ ਹੋ ਸੋ ਜਿਹੜੇ ਵੀਰ ਵੀਡੀਓ ਵੇਖਦੇ ਆ ਰੈਗੂਲਰ ਬੇਸਿਸ ਤੇ ਜਾਂ ਪਹਿਲੀ ਵਾਰ ਤੁਸੀਂ ਆਏ ਹੋ ਚੈਨਲ ਦੇ ਸੋ ਵੀਡੀਓ ਪੂਰੀ ਐਂਡ ਤੱਕ ਦੇਖਿਓ ਜੋ ਜੋ ਗੱਲਾਂ ਦੱਸੀਆਂ ਨੇ ਉਹਨਾਂ ਨੂੰ ਤੁਸੀਂ ਆਪਣੀ ਪੱਗ ਬੰਨ੍ਹਦੇ ਸਮੇਂ ਧਿਆਨ ਰੱਖਿਓ ਸੋ ਹੁਣ ਆਪਾਂ ਆਪਣੀ ਜਿਹੜੀ 50 ਆ ਉਹ ਸੈੱਟ ਕਰਾਂਗੇ ਥੱਲੋਂ ਮੋੜਤੀਵੇਂ ਵੈਸੇ ਤੁਸੀਂ ਇਹਨੂੰ ਬਿਲਕੁਲ ਸੈਂਟਰ 'ਚ ਬਾਜ ਪਾ ਕੇ ਤਾਂ ਵੀ ਚੱਕ ਸਕਦੇ ਹੋ ਬਟ ਕੀ ਆ ਮੈਂ ਹੁਣ ਤੁਹਾਨੂੰ ਉਹਨੂੰ ਤਾਂਹਾਂ ਵੀ ਚੱਕ ਲਿਆ ਥੱਲੋਂ ਵੀ ਮੋੜਦਾ ਦੋਨੇ ਤਰੀਕੇ ਦੱਸਤੇ ਤੁਸੀਂ ਤੁਹਾਨੂੰ ਜਿਹੜਾ ਸਹੀ ਲੱਗੂ ਆਪਣੇ ਅਕੋਰਡਿੰਗ ਤੁਸੀਂ ਕਰ ਸਕਦੇ ਹੋ ਜਦੋਂ ਬਾਜ ਫੇਰਨਾ ਜਿਹੜਾ ਬਾਜ ਤੁਸੀਂ ਆਜਾ ਫਰੰਟ ਤੋਂ ਪਿੱਛੇ ਨੂੰ ਲੈ ਜਾਣੇ ਹੋ ਜਿੱਥੇ ਤੁਸੀਂ ਮੂੰਹ ਵਾਲਾ ਲੜ ਆਪਾਂ ਲਾਉਨੇ ਹੋਣੇ ਬਿਲਕੁਲ ਪਿੱਛੇ ਤੱਕ ਹੱਥ ਲੈ ਕੇ ਜਾਇਆ ਕਰੋ ਕਿਉਂ ਸਾਰੀ ਸਫਾਈ ਆ ਜਿਹੜੀ ਪੱਗ ਦੀ ਨਾਲੋਂ ਨਾਲ ਹੋ ਜਾਵੇ ਨਹੀਂ ਪਿੱਛੇ ਤੱਕ ਹੱਥ ਜਾਂਦਾ ਉਹਨੂੰ ਪਿੱਛੇ ਤੱਕ ਲੈ ਕੇ ਜਾਣਾ ਸਿੱਖੋ ਹੱਥ ਟਿਕਾਓ 5-7 ਦਿਨ ਔਖਾ ਲੱਗੂਗਾ ਫਿਰ ਜਿਵੇਂ ਤੁਸੀਂ ਡੇਲੀ ਤੁਹਾਡੀ ਰੁਟੀਨ ਬਣ ਜਾਣੀ ਆ ਇਹ ਉਹ ਤੁਹਾਡਾ ਜਿਹੜਾ ਲੜਾ ਉਹ ਸੈੱਟ ਹੋ ਜਾਊਗਾ। ਸੈਂਟਰ ਦੇ ਵਿੱਚ ਬਿਲਕੁਲ ਸੈਂਟਰ ਜ ਨੱਕ ਦੀ ਸੇਧ ਪੱਗ ਪੈਨ ਲਾ ਲੈਣਾ ਆਪਾਂ। ਪੱਗ ਪੈਨ ਲਾ ਕੇ ਫਿਰ ਲਾਸਟ ਲੜ ਲਾਉਣਾ। ਲਾਸਟ ਲੜ ਬਹੁਤ ਧਿਆਨ ਨਾਲ ਦੇਖਿਓ। ਪਹਿਲਾਂ ਮੈਂ ਉੱਪਰੋਂ ਥੱਲੇ ਨੂੰ ਮੋੜਿਆ, ਫਿਰ ਮੈਂ ਥੱਲੇੋਂ ਉੱਪਰੋਂ ਮੋੜਿਆ। ਇਹਦੇ ਵਿੱਚ ਕੋਈ ਹੈ ਨਹੀਂ ਐਜਾ ਰੂਲ ਵੀ ਤੁਸੀਂ ਇਹਨੂੰ ਉੱਪਰੋਂ ਥੱਲੇ ਪਹਿਲਾਂ ਮੋੜਨਾ ਕਿਹੜਾ ਤਰੀਕਾ ਤੁਹਾਨੂੰ ਸੌਖਾ ਲੱਗਦਾ ਥੱਲੋਂ ਉੱਪਰ ਮੋੜ ਲਓ ਪਹਿਲਾਂ ਚਾਹੇ ਪਹਿਲਾਂ ਉੱਪਰੋਂ ਥੱਲੇ ਨੂੰ ਮੋੜ ਲਓ ਬਸ ਦੋਨੀਆਂ ਸਾਈਡਾਂ ਤੋਂ ਲੜ ਮੋੜ ਫੋਲਡ ਹੋਣਾ ਚਾਹੀਦਾ ਤਾਂ ਕਿ ਜਿੱਦਾ ਇੱਕ ਲੜ ਦੀ ਪੂਣੀ ਬਣ ਜਵੇ ਤੇ ਲਾਸਟ ਲੜ ਆਪਣਾ ਬਿਨਾਂ ਕਿਸੇ ਮਤਲਬ ਆਪਾਂ ਨੂੰ ਹਾਰਡਵਰਕ ਕੀਤੇ ਬਿਲਕੁਲ ਸਾਫ਼ ਹੋ ਗਿਆ ਲਾਸਟ ਲੜ ਤੇ ਆ ਕੇ ਬਹੁਤ ਵੀਰ ਕਹਿੰਦੇ ਆ ਕਿ ਪੱਗ ਸਹੀ ਵੱਜ ਜਾਂਦੀ ਆ ਲਾਸਟ ਲੜ ਤੇ ਆ ਕੇ ਸਾਫ਼ ਨਹੀਂ ਹੁੰਦਾ ਸਾਫ਼ ਹੋ ਜਾਂਦਾ ਮੁਰਦਾ ਨਹੀਂ ਪੱਗ ਫੇਹ ਲੈਂਦੀ ਆ ਸੋ ਉਹ ਸਾਰਿਆਂ ਲਈ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਪੱਗ ਪੈਨ ਲਾਓ ਪਹਿਲਾਂ ਪੱਗ ਪੈਨ ਲਾ ਕੇ ਪੂਰਾ ਲੜ ਪਹਿਲਾਂ ਸਾਫ਼ ਕਰੋ ਸਾਫ਼ ਕਿੱਦਾਂ ਕਰਨਾ ਤੁਹਾਨੂੰ ਮੈਂ ਦੱਸਦਾ ਫਿਰ ਉਸ ਤੋਂ ਬਾਅਦ ਪੱਗ ਪੈਨ ਦੇ ਥੱਲੇ ਲਿਆ ਕੇ ਲੜ ਮੋੜੋ ਪਹਿਲਾਂ ਪੱਗ ਪੈਨ ਲਾਉਣ ਦਾ ਆਪਣਾ ਇਹੀ ਮਕਸਦ ਹੁੰਦਾ ਕਿ ਆਪਣਾ ਕਾਲੀਗੇ ਵਾਲਾ ਲੜ ਜਦੋਂ ਮੋੜੀ ਖਿਸਕੇ ਨਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਬਾਕੀ ਲੜਾ ਬਿਲਕੁਲ ਸੈਂਟਰ ਚ ਲਾ ਦੇਣਾ ਤੇ ਉੱਪਰ ਆਪਾਂ ਦੋ ਪੱਗ ਪੈਨ ਲਾਉਣੇ ਆ ਦੋ ਤਿੰਨ ਤੁਸੀਂ ਜਿੰਨੀ ਤੁਹਾਡੀ ਰਿਕੁਆਇਰਮੈਂਟ ਆ ਵੱਧਦੀ ਲਾ ਲਿਆ ਕਰੋ ਨੁਕਸਾਨ ਕੋਈ ਨਹੀਂ ਤੇ ਦੋ ਲਾਪਾਂ ਲਾ ਲਾਂਗੇ ਤੇ ਉਸ ਤੋਂ ਬਾਅਦ ਫਿਰ ਜਿਹੜਾ ਲਾਸਟ ਲੜ ਦੇ ਉੱਪਰ ਨਿਕਾ ਜਾਂ ਬਲ ਦਿਖ ਰਿਹਾ ਉਹਦੀ ਆਪਾਂ ਸੈਟਿੰਗ ਕਰਾਂਗੇ ਦੇਖੋ ਹੁਣ ਮੈਂ ਪਹਿਲਾ ਲੜ ਨੂੰ ਘੱਟੋ ਘੱਟ ਦੋ ਨਹੀਂ ਤਿੰਨ ਵਾਰ ਖਿੱਚ ਲਿਆ ਉਹ ਖਿੱਚਣ ਦੇ ਬਾਵਜੂਦ ਉਹਦੇ ਵਿੱਚ ਬਲ ਨਹੀਂ ਪਿਆ ਕਈ ਵਾਰ ਇਹ ਵੀ ਡਾਊਟ ਆ ਕਿ ਹਨਾ ਪੱਗ ਜਦੋਂ ਆਪਾਂ ਲੜ ਖਿੱਚਦੇ ਆ ਥੋੜੇ ਸਮੇਂ ਬਾਅਦ ਉਹ ਚ ਬਲ ਪੈ ਜਾਂਦੇ ਆ ਉਹਦਾ ਕਾਰਨ ਕੀ ਆ ਜਦੋਂ ਇੱਕ ਵਾਰ ਆਪਾਂ ਟਾਈਟ ਕਰਕੇ ਲੜ ਲਾ ਲਿਆ ਪਤਲਾ ਲਾ ਲਿਆ ਥੋੜੇ ਸਮੇਂ ਬਾਅਦ ਜਦੋਂ ਢਿੱਲਾ ਹੁੰਦਾ ਜਾਂ ਆਪਾਂ ਅੱਖ ਤੋਂ ਚੱਕਦੇ ਆਂ ਜਾਂ ਖਿੱਚਦੇ ਆਂ ਉਹ ਸਿੰਗਲ ਲੜ ਹੁੰਦਾ ਉਹ 'ਚ ਬਲ ਪੈਣੀ ਬਣਿਆ ਤਾਂ ਹੀ ਆਪਾਂ ਜਿਹੜਾ ਪਹਿਲਾ ਲੜ ਸੀਗਾ ਉਹਨੂੰ ਖਿੱਚ ਕੇ ਅੰਦਰ ਨੂੰ ਫੋਲਡ ਕਰਕੇ ਉਹਨੂੰ ਡਬਲ ਕੀਤਾ ਸੀਗਾ ਸੋ ਉਹਦੇ ਕਰਕੇ ਜਿਹੜਾ ਆਪਣਾ ਪਹਿਲਾ ਲੜ ਖਿਸਕਦਾ ਨਹੀਂ ਸੋ ਲਾਸਟ ਲੜ ਦੇ ਵਿੱਚ ਜਿਹੜੇ ਬਲ ਪੈ ਜਾਂਦੇ ਨੇ ਉਹਦਾ ਤੁਹਾਨੂੰ ਮੈਂ ਕਾਰਨ ਦੱਸਦਾ ਅੱਖ ਤੱਕ 2 ਜਾਂ 3 ਲੜ ਨਾ ਹੋਣ ਕਰਕੇ ਲਾਸਟ ਲੜ ਨੂੰ ਥੱਲੇ ਸਪੋਰਟ ਨਹੀਂ ਮਿਲਦੀ ਇਹਦੇ ਕਰਕੇ ਇੱਕ ਵਾਰ ਲੜ ਆਪਣਾ ਟਾਈਟ ਲੱਗ ਜਾਂਦਾ ਘੰਟੇ ਦੋ ਘੰਟਿਆਂ ਨੂੰ ਅੱਖ ਦੇ ਕੋਲੋਂ ਲੜ ਤਾਂ ਹਿਸਕਣ ਲੱਗ ਜਾਂਦਾ ਜਾਂ ਕੀ ਆ ਬਿਲਕੁਲ ਜਿੱਥੋਂ ਦੀਆਂ ਕਿਨਾਰੀਆਂ ਸ਼ੁਰੂ ਹੁੰਦੀਆਂ ਨੇ ਉੱਥੋਂ ਟਿੱਲ ਪੈਣ ਲੱਗ ਜਾਂਦੀ ਆ ਸੋ ਇਹਦਾ ਕਾਰਨ ਇਹੀ ਆ ਕਿ ਥੱਲੇੋਂ ਇਹਦੇ ਦੋ ਜਾਂ ਤਿੰਨ ਲੜ ਹੋਣ ਜਿੱਦਾਂ ਮੈਂ ਤੁਹਾਨੂੰ ਦੱਸਿਆ ਤੀਸਰੇ ਚੌਥਾ ਪੰਜਵੇਂ ਲੜਵੇਂ ਅੱਖ ਤੱਕ ਖੋਲਿਆ ਪੂਰਾ ਅੱਖ ਤੋਂ ਵੀ ਥੱਲੇ ਤੱਕ ਖੋਲ ਲੰਦਾ ਸੀ ਬਟ ਜਦੋਂ ਆਪਾਂ ਉਹਨੂੰ ਮੋੜਦੇ ਆ ਫਿਰ ਉਹ ਆਪਣਾ ਜਿਹੜਾ ਲੜ ਅੱਖ ਦੇ ਬਰਾਬਰ ਆਟੋਮੈਟਿਕ ਆ ਜਾਂਦਾ ਅਗਰ ਆਪਾਂ ਪਹਿਲੇ ਹੀ ਅੱਖ ਤੱਕ ਰੱਖਾਂਗੇ ਮੋੜਨੇ ਵੇਲੇ ਥੋੜਾ ਉੱਪਰ ਜਾ ਸਕਦਾ ਤਾਂ ਹੀ ਮੈਂ ਕਹਿੰਦਾ ਉਹਨੇ ਵੀ ਅੱਖ ਤੋਂ ਵੀ ਥੱਲੇ ਦਾ ਖੋਲ ਲਿਆ ਕਰੋ ਫਾਇਦਾ ਹੀ ਹੈ ਨੁਕਸਾਨ ਕੋਈ ਹੈ ਨਹੀਂਗਾ ਜਦੋਂ ਆਪਣੀ ਸ਼ੇਪ ਦੀ ਸੈਟਿੰਗ ਹੋ ਗਈ ਸਫਾਈ ਹੋ ਗਈ ਲਾਸਟ ਲੜ ਲੱਗ ਗਿਆ ਫਿਰ ਆਪਾਂ ਲਾਸਟ ਤੇ ਬਦਲਣਾ ਆਪਣੇ ਸਿਰ ਦੇ ਬਲ ਕਾਫੀ ਵੀਡੀਓ ਦੇ ਵਿੱਚ ਸਿਰ ਮੈਂ ਪਹਿਲਾਂ ਵੀ ਟਖਦਾ ਬਟ ਮੋਰਨਿੰਗ ਪੱਗ ਦੇ ਵਿੱਚ ਜਿਹੜੀਆਂ ਨਵੀਆਂ ਵੀਡੀਓ ਪਾਈਆਂ ਸੀ ਉਹਦੇ ਵਿੱਚ ਵੀ ਮੈਂ ਸਿਰ ਪਹਿਲਾਂ ਢੱਕਿਆ ਪ੍ਰਾਣੀਆਂ ਦੇ ਵਿੱਚ ਇਹ ਵਾਲੇ ਤਰੀਕੇ ਨਾਲ ਢੱਕਦਾ ਸੀ ਤੇ ਅੱਜ ਵੀ ਉਹੀ ਤਰੀਕਾ ਦੱਸ ਰਿਹਾ ਹਾਂ ਪਹਿਲਾਂ ਪਹਿਲੇ ਲੜ ਨੂੰ ਉੱਪਰ ਖਿੱਚਣਾ ਖਿੱਚਣ ਤੋਂ ਬਾਅਦ ਉਹਨੂੰ ਚੌੜਾ ਕਰਕੇ ਸਿਰ ਉੱਪਰ ਫਲਾਉਣਾ ਫਿਰ ਇੱਕ ਸਾਈਡ ਤੋਂ ਕਵਰ ਕਰਨ ਫਿਰ ਉਸ ਤੋਂ ਬਾਅਦ ਵਿੱਚ ਦੂਸਰੀ ਸਾਈਡ ਤੋਂ ਕਦੇ ਵੀ ਇੱਕੋ ਵਾਰ ਚ ਦੋਨਾਂ ਸਾਈਡਾਂ ਤੋਂ ਹੱਥਾਂ ਨਾਲ ਨਹੀਂ ਦੱਬਣਾ ਖਾਸ ਕਰਕੇ ਮੋਰਨੀ ਪੱਗ 'ਚ ਸ਼ੇਪ ਖਰਾਬ ਹੋ ਸਕਦੀ ਆ ਠੀਕ ਹੈ ਜੀ ਸੋ ਇਹ ਛੋਟੀਆਂ ਜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਜਦੋਂ ਪੱਗ ਬੰਨ੍ਹਦੇ ਆ ਜਾਂ ਕਿਸੇ ਵੀਰ ਦਾ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਕਰ ਦਿਆ ਕਰੋ ਆਪਣੇ YouTube ਚੈਨਲ ਦੇ ਕਿਸੇ ਵੀਡੀਓ ਥੱਲੇ ਵੀ ਤੇ ਉਹਦਾ ਜਿਹੜਾ ਜਲਦ ਜਲਦ ਅਪਰਾਈ ਕਰਾਂਗੇ ਜਿੱਦਾਂ ਹੁਣ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਕਈ ਵਾਰ ਥੋੜੇ ਬਿਜ਼ੀ ਹੁੰਨੇ ਆ ਰਿਪਲਾਈ ਥੋੜਾ ਜਿਆ ਟਾਈਮ ਲੱਗ ਜਾਂਦਾ ਸੋ ਉਹਦੀ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਨਾਲ ਬਾਈ ਕੁਚੀ ਕਾ